ਨਮਸਕਾਰ, ਮੇਰਾ ਨਾਮ ਅਰਜਨ ਸਿੰਘ, ਪ੍ਰਧਾਨ ਗ੍ਰਾਮ ਪੰਚਾਇਤ ਯਾੜਾ, ਤਹਿਸੀਲਾਂ ਜ਼ਿਲ੍ਹਾ ਉਨਾ ਦਾ। ਮੈਂ ਆਪਣੇ ਪੰਚਾਇਤ ਦੇ ਖੇਤਰ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਹੜੇ ਮੈਨੂੰ ਹਰ ਵਾਰ ਪੰਚਾਇਤ ਵਿੱਚ ਕੰਮ ਕਰਨ ਦਾ, ਸੇਵਾ ਕਰਨ ਦਾ ਮੌਕਾ ਦਿੰਦੇ ਆ, ਅਤੇ ਉਹਨਾਂ ਦਾ ਮੈਂ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ। ਜਿਹੜੇ ਮੈਂ ਪ੍ਰਧਾਨ ਮੰਤਰੀ ਦੇ ਨਾਤੇ, ਜਿਹੜਾ ਪਬਲਿਕ ਨੇ ਮੈਨੂੰ ਮੌਕਾ ਦਿੱਤਾ ਪ੍ਰਧਾਨ ਮੰਤਰੀ ਦਾ, ਤਾਂ ਮੈਂ ਉਹਦਾ ਭਾਰ ਉਤਾਰਨ ਲਈ ਸਮਝੋ ਕਰ ਉਤਾਰਨ ਲਈ ਜੋ ਜੋ ਉਹਨਾਂ ਕੰਮ ਕੀਤੇ ਆ ਉਹਨਾਂ ਦਾ ਵੇਵਾ ਇਸ ਪ੍ਰਕਾਰ ਹੈ। ਨੰਬਰ ਇੱਕ, ਬਰੋਹੀ ਮੇਨ ਰੋਡ ਪਰ ਗਾਂਵ ਦਿਲਵਾ ਤੋਂ ਸੜਕ ਕੇ ਸਾਥ ਜੋੜਨਾ। ਨੰਬਰ ਦੋ, ਵਾਰਡ ਨੰਬਰ ਦੋ ਨੇ ਮੰਦਿਰ ਕੇ ਰਾਸਤਾ ਕੇ ਲਈ ਮੈਨੂੰ ਬਹੁਤ ਜ਼ਿਆਦਾ ਮਿਹਨਤ ਕੀ ਹੈ। ਪਰ ਵਾਰਡ ਨੰਬਰ ਚਾਰ ਨੇ ਹਰੀਜਨ ਬਸਤੀ ਨੇ ਜਗ੍ਹਾ ਤੇ ਕਈ ਲੋਕ ਪੈਦਲ ਚੱਲਣੇ ਕੋਲ ਵੀ ਬਰਸਾਤ ਕੇ ਮੌਸਮ ਨੇ ਘਬਰਾਇਆ ਕਰਦੇ ਤੇ ਆਜ ਮੁਝੇ ਗੱਲ ਹੈ ਕਿ ਉਸ ਵਕਤ ਬਰਸਾਤ ਦੇ ਸਮੇਂ ਮੇਰੇ ਵੀ ਲੋਕ ਕਾਰੋਂ ਨੇ ਆਪਣੇ ਘਰ ਗਾੜੀਆਂ ਲੈ ਕੇ ਜਾਂਦੇ ਹਨ, ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਮੈਨੇ ਅਗਰ ਲੋਕਾਂ ਸੇ ਵੋਟੇ ਲੀ ਹੈ ਤਾਂ ਮੈਨੇ ਆਪਣੇ ਖੁੱਲ੍ਹੇ ਦਿਲ ਸੇ ਲੋਕਾਂ ਕਾ ਕੰਮ ਕੀਆ ਹੈ। ਮੇਰੀ ਸਰਕਾਰ ਸੇ ਬੇਨਤੀ ਹੈ ਕਿ ਕੁਛ ਕੰਮ ਹਮਾਰੀ ਪੰਚਾਇਤ ਮੇ ਅਧੂਰੇ ਪਏ ਹੈ, ਸਰਕਾਰ ਨੇ ਕਈ ਸੇ ਫੰਡ ਮੁਹੱਈਆ ਕਰਾਤੇ, ਤੋ ਹਮਾਰੀ ਪੰਚਾਇਤ ਕਾ ਜੋ ਡਿਵੈਲਪਮੈਂਟ ਕਾ ਕੰਮ ਹੈ, ਹਮਾਰਾ ਗਾਂਵ ਵੀ ਅਗਰ ਤਰੱਕੀ ਕੀ ਤਰਫ ਜਾਤਾ ਹੈ ਤੋ ਹਮੇ ਬਹੁਤ ਖੁਸ਼ੀ ਹੈ। ਤੋ ਮੈਂ ਜੇ ਰਿਕੁਐਸਟ ਕਰੂੰਗਾ ਸਰਕਾਰ ਨੇ, ਅਭੀ ਔਰ ਸੇ ਜੋ ਨੌਜਵਾਨ ਪੀੜ੍ਹੀ ਹੈ ਉਸਕੋ ਆਗੇ ਲਾਇਆ ਜਾਏ, ਉਸਕੋ ਨੌਕਰੀ ਵਗੈਰਾ ਦੀ ਜਾਏ, ਕਿਉਂਕਿ ਜੋ ਨੌਜਵਾਨ ਪੀੜ੍ਹੀ ਹੈ ਜੋ ਨਸ਼ੇ ਸੇ ਦੂਰ ਰਹੇ। ਮੈਂ ਆਪਣੀ ਔਰ ਸੇ ਆਪਣੇ ਪਰਿਵਾਰ ਗ੍ਰਾਮ ਪੰਚਾਇਤ ਗਰਮਾ ਜਾਣਾ ਕੇ ਸਭੀ ਲੋਕਾਂ ਦੀ ਤਰਫ ਸੇ ਜੇ ਵਧਾਈ 15 ਅਗਸਤ ਦੀ ਵਧਾਈ ਦੇਤਾ ਹੂੰ ਕਿ ਹਮਾਰਾ ਜੋ ਦੇਸ਼ ਹੈ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕਰੇ।